ਦੋਸਤੋ 78 ਪਾਸਪੋਰਟ ਰੀਸੀਵ ਹੋਇਆ ਸਟੈਂਪ ਹੋ ਕੇ ਰਿਜ਼ਲਟਸ ਰੈਗੂਲਰ ਨੇ ਜਿਵੇਂ ਪਹਿਲਾਂ ਫਾਸਟ ਸੀ ਜਿਵੇਂ ਪਹਿਲਾਂ ਪੋਜ਼ਿਟਿਵ ਸੀ ਓਵੇਂ ਹੀ ਹੋਣ ਨੇ ਬਸ ਚੇਂजेस ਜਿਹੜੀਆਂ ਆਈਆਂ ਨੇ ਉਹਨਾਂ ਨੂੰ ਸਮਝਣਾ ਤਰੀਕੇ ਦੇ ਨਾਲ ਉਹਨਾਂ ਨੂੰ ਇੰਪਲੀਮੈਂਟ ਕਰਨਾ ਚੰਗੇ ਤਰੀਕੇ ਨਾਲ ਫਾਈਲ ਨੂੰ ਪ੍ਰੋਸੈਸ ਕਰਨਾ ਹੋਰ ਕੁਝ ਨਹੀਂ ਬਦਲਿਆ ਸੋ ਜੇ ਹਜੇ ਵੀ ਦਿਮਾਗ ਦੇ ਵਿੱਚ ਕੁਝ ਬਦਲਾਅ ਨੂੰ ਲੈ ਕੇ ਕੁਝ ਚੇਂजेस ਨੂੰ ਲੈ ਕੇ ਡਾਊਟ ਨੇ ਆਪ ਦੇ ਅਪਾਇੰਟਮੈਂਟ ਬੁੱਕ ਕਰਾਓ ਭពਿੰਦਰ ਸਿੰਘ ਨੂੰ ਮਿਲ ਲਓ ਮੈਨੂੰ ਮਿਲ ਲਓ ਸਾਰੇ ਡਾਊਟਸ ਬੈਠ ਕੇ ਕਲੀਅਰ ਕਰ ਲਾਂਗੇ 40 ਪਾਸਪੋਰਟ ਕੱਲੇ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਨੇ ਮਈ ਜੁਲਾਈ ਸਪਟੰਬਰ ਐਂਡ ਅਕਤੂਬਰ ਸੈਸ਼ਨ ਵਾਲੇ ਬੱਚੇ ਨੇ ਇਹਦੇ ਵਿੱਚ ਜਿਨ੍ਹਾਂ ਨੇ ਪੜਨ ਜਾਣਾ ਕੈਨੇਡਾ 40 ਪਾਸਪੋਰਟ ਉਹ ਨੇ 18 ਪਾਸਪੋਰਟ ਓਪਨ ਦੇ ਨੇ ਜਿਨ੍ਹਾਂ ਦੇ ਓਪਨ ਤਿੰਨ ਪਾਸਪੋਰਟ ਦੇ ਵਿੱਚ ਸਟੂਡੈਂਟ ਪਾਸ ਓਪਨ ਵਾਲੇ ਵੀ ਹੈਗੇ ਨੇ 18 ਪਾਸਪੋਰਟ ਓਪਨ ਵੀਜ਼ਾ ਵਾਲੇ ਨੇ ਓਪਨ ਵਰਕ ਪਰਮਿਟ ਵੀਜ਼ਾ ਵਾਲੇ ਨੇ ਤੇ 20 ਪਾਸਪੋਰਟ ਵਿਜ਼ਟਰ ਵੀਜ਼ਾ ਨੇ ਤੇ 20 ਦੇ ਵਿੱਚੋਂ 5 ਪਾਸਪੋਰਟ ਉਹ ਨੇ ਜਿਹੜੇ ਯੰਗਸਟਰ ਨੇ ਜਿਹੜੇ ਆ ਜਿਹੜੇ ਬੱਚੇ ਆ ਆਪਣੇ ਭੈਣ ਭਰਾ ਨੂੰ ਮਿਲਣ ਕੈਨੇਡਾ ਚਲੇ ਨੇ ਸੋ ਵੀਜ਼ਾ ਵਾਲੇ ਪਾਸਪੋਰਟ ਨੇ ਇਕੱਲਾ ਇਕੱਲਾ ਦਿਖਾਉਣਾ ਤਾਂ ਔਖਾ ਹੋ ਜਾਊਗਾ ਸੋ ਚੈੱਕ ਕਰੀ ਚੱਲਿਓ ਸਾਰਿਆਂ ਦੇ ਸਟੈਂਪ ਹੋ ਕੇ ਨਾਲ ਦੀ ਨਾਲ ਪਹੁੰਚੀ ਜਾਂਦੇ ਨੇ ਜਿਵੇਂ ਜਿਵੇਂ ਪਾਸਪੋਰਟ ਆਈ ਜਾਂਦੇ ਨੇ ਉਹਨਾਂ ਨਾਲ ਦੀ ਨਾਲ ਡਿਲੀਵਰ ਹੋਈ ਜਾਂਦੇ ਨੇ ਹਰੇਕ ਵਿਜ਼ਟਰ ਵੀਜ਼ੇ ਵਾਲੇ ਨੂੰ ਵੀ ਹੁਣ ਅਸੀਂ ਪ੍ਰੀ ਡਿਪਾਰਚਰ ਦੇ ਕੇ ਜਾਣਾ ਜ਼ਰੂਰੀ ਕਰਤਾ ਵਿਜ਼ਟਰ ਵੀਜ਼ੇ ਵਾਲੇ ਨੂੰ ਵੀ ਕਹਿਤਾ ਵੀ ਭਾਈ ਸਾਡੇ ਨਾਲ ਬੈਠ ਕੇ ਪਹਿਲਾਂ ਸਾਰਾ ਸਾਨੂੰ ਦੱਸਣਾ ਫੇਰ ਅਸੀ ਤੁਹਾਨੂੰ ਪ੍ਰੀ ਡਿਪਾਰਚਰ ਦੇਵਾਂਗੇ ਕਿਹੜੇ ਜੇ ਸਵਾਲ ਪੁੱਛੇ ਜਾ ਸਕਦੇ ਆ ਇੰਸ਼ੋਰੈਂਸ ਆ ਇਥੋਂ ਕਰਾ ਕੇ ਡਨ ਟਿਕਟ ਕਿਹੜੀ 에ਅਰਲਾਈਨ ਦੀ ਲੈਣੀ ਆ ਤਾਂ ਜੋ ਬੱਚੇ ਨੂੰ ਜਾਂ ਕੈਂਡੀਡੇਟ ਨੂੰ ਕੋਈ ਖੱਜਲ ਖਰਾਬੀ ਨਾ ਅੱਗੇ ਹੋਵੇ ਦੂਸਰੀ ਜਿਹੜੀ ਮੇਰੀ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਆ ਉਹ ਵਿਜ਼ਟਰ ਵੀਜ਼ਾ ਵਾਲਿਆਂ ਲਈ ਉਹ ਆ ਇੰਸ਼ੋਰੈਂਸ ਮੈਂ ਹਮੇਸ਼ਾ ਤੁਹਾਨੂੰ ਕਹਿ ਰਹਾਂ ਹਾਂ ਆਪਾਂ ਨਾ ਟਿਕਟਾਂ ਦੇ ਵੀ ਪੈਸੇ ਲਾ ਲੈਣੇ ਆ ਸ਼ੌਂਪਿੰਗਾਂ ਦੇ ਵੀ ਪੈਸੇ ਖਰਚ ਲੈਣੇ ਆ 100 ਡਾਲਰ ਪਿੱਛੇ ਇੰਸ਼ੋਰੈਂਸ ਕਰਾਉਂਦੇ ਨਹੀਂ ਉਹ ਫਿਰ ਕਈ ਵਾਰੀ ਨਾ ਤੁਹਾਡਾ ਉਸ ਬੰਦੇ ਤੇ ਭਾਰੀ ਪੈ ਜਾਂਦੀ ਆ ਜਿਹਦੇ ਤੁਸੀਂ ਸਪான்ਸਰ ਤੇ ਕੈਨੇਡਾ ਪਹੁੰਚੇ ਹੁੰਦੇ ਆ ਜਿਹਨੇ ਤੁਹਾਡੀ ਜ਼ਿੰਮੇਵਾਰੀ ਚੱਕੀ ਹੁੰਦੀ ਆ ਕਿਉਂਕਿ ਇਹਦੀ ਐਗਜ਼ਾਮਪਲ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਦਿੰਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਸੁਖੀ ਸ਼ਾਂਤੀ ਰੱਖੇ ਤੁਹਾਡਾ ਟ੍ਰਿਪ ਖੁਸ਼ ਨੁਮਾ ਹੋਵੇ ਪਰ ਜਦੋਂ ਅਸੀਂ ਜਾ ਰਹੇ ਆ ਕਿਸੇ ਬਗਾਨੀ ਕੰਟਰੀ ਦੇ ਵਿੱਚ ਜਾਂ ਪ੍ਰਦੇਸ਼ ਜਾ ਰਹੇ ਆ ਤਾਂ ਆਪਾਂ ਉੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਜਾਣ ਕੇ ਸਮਝ ਕੇ ਜਾਣਾ ਹੁੰਦਾ ਹੁਣ ਇੱਕ ਮੇਰਾ ਫਰੈਂਡ ਉਹਦੀ ਦਾਦੀ ਜੀ ਕੈਲਗਰੀ 에ਅਰਪੋਰਟ ਤੇ ਉਤਰਦੇ ਆ ਕੈਲਗਰੀ 에ਅਰਪੋਰਟ ਤੇ ਉਤਰਨ ਅਨਸਾਰ ਉਹਨਾਂ ਨੂੰ ਆਹ ਪ੍ਰੋਬਲਮ ਆ ਜਾਂਦੀ ਹਾਰਟ ਦੀ ਡਿੱਗ ਪੈਂਦੇ ਨੇ ਉਥੋਂ ਉਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਪਹੁੰਚ ਕੇ ਉਹ ਠੀਕ ਪਾਏ ਜਾਂਦੇ ਨੇ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਦੋ ਦਿਨ ਬਾਅਦ ਉਹਨਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਸੋ ਸੋਚ ਸਕਦੇ ਹੋ 2 ਦਿਨ ਤੇ ਐਮਬੂਲੈਂਸ ਚ ਲਜਾਣ ਦਾ ਉਹਨਾਂ ਦਾ ਬਿੱਲ ਕਿੰਨਾ ਬਣਦਾ 20000 ਡਾਲਰ 20000 ਡਾਲਰ ਇੰਸ਼ੋਰੈਂਸ ਨਹੀਂ ਸੀ ਇੰਸ਼ੋਰੈਂਸ ਨਹੀਂ ਸੀ ਹੁਣ ਮੇਰੇ ਵੀਰ ਨੇ ਉਹਨੇ ਕਿਸ਼ਤਾਂ ਬਣਵਾਈਆਂ ਨੇ ਹੁਣ ਗਵਰਨਮੈਂਟ ਆਫ ਕੈਨੇਡਾ ਜਿਹੜੇ ਹਸਪੀਟਲ ਨੇ ਕੈਲਗਰੀ ਦੇ ਉਹਨਾਂ ਨੇ ਕਿਸ਼ਤਾਂ ਬਣਾਤੀਆਂ ਉਹ ਕਹਿੰਦੇ ਜੀ ਹੌਲੀ ਹੌਲੀ ਲਾਈ ਚੱਲੋ ਸੋ ਜੇ ਇੱਕ ਵਾਰੀ ਵੀ ਤੁਹਾਨੂੰ ਐਮਬੂਲੈਂਸ ਕਾਲ ਕਰਨੀ ਪੈ ਜਾਂਦੀ ਆ ਤਾਂ ਤਕਰੀਬਨ ਤਕਰੀਬਨ 10000 ਡਾਲਰ ਦਾ ਬਿੱਲ ਬਣ ਜਾਂਦਾ ਆ ਸੋ ਜਿਹੜੀਆਂ ਗੱਲਾਂ ਸੀ ਤੁਹਾਨੂੰ ਦੱਸਦੇ ਹੁੰਦੇ ਇਹਨਾਂ ਨੂੰ ਲਾਈਟ ਨਾ ਲਿਆ ਕਰੋ ਇਹਨਾਂ ਚੀਜ਼ਾਂ ਉਪਰ ਅਸੀਂ ਗੌਰ ਫਰਮਾਇਆ ਕਰੋ ਦੂਸਰੀ ਚੀਜ਼ ਹੈਗੀ ਆ ਜਦੋਂ ਤੁਸੀਂ ਕੈਨੇਡਾ ਪਹੁੰਚਣਾ ਆ ਜਿਹੜੇ ਫੰਕਸ਼ਨ ਲਈ ਤੁਸੀਂ ਸਪான்ਸਰ ਮੰਗਵਾਈ ਸੀ ਜਿਹੜੇ ਪ੍ਰੋਗਰਾਮ ਨੂੰ ਅਟੈਂਡ ਕਰਨ ਲਈ ਤੁਸੀਂ ਸਪான்ਸਰ ਮੰਗਵਾਈ ਸੀ ਉਸ ਡੇਟ ਤੋਂ ਪਹਿਲਾਂ ਕੈਨੇਡਾ ਪਹੁੰਚਣਾ ਜ਼ਰੂਰੀ ਹੈ ਤੁਹਾਡਾ ਪਹੁੰਚੋ ਹਰ ਹਾਲਤ ਦੇ ਵਿੱਚ ਸਵਾਲ ਪੁੱਛਿਆ ਜਾ ਸਕਦਾ ਦੂਸਰੀ ਚੀਜ਼ ਹੈਗੀ ਹੈ ਰਿਟਰਨ ਟਿਕਟ ਵੈਰੀ ਮੱਚ ਇੰਪੋਰਟੈਂਟ ਆ ਏ ਨਹੀਂ ਹੈਗਾ ਵੀ ਪੰਜਵੇਂ ਮਹੀਨੇ ਦੀ ਰਿਟਰਨ ਟਿਕਟ ਲੈ ਕੇ ਜਾਓ ਜਦੋਂ ਤੁਸੀਂ ਆਪ ਦਾ ਪਰਪਸ ਆਫ ਵਿਜ਼ਿਟ ਜਿਹੜਾ ਰੱਖਿਆ ਤੇ ਉਹ ਪਰਪਸ ਜਿੰਨੇ ਦਿਨਾਂ ਦੇ ਵਿੱਚ ਖਤਮ ਹੋ ਰਿਹਾ ਉਸ ਤੋਂ ਬਾਅਦ ਦੀ ਤੁਹਾਡੀ ਰਿਟਰਨ ਟਿਕਟ ਹੋਣੀ ਚਾਹੀਦੀ ਹੈ ਜੇ ਬਾਹਲੇ ਹੀ ਕੈਨੇਡਾ ਜਾ ਕੇ ਪਸੰਦ ਆ ਜਾਂਦਾ ਤਾਂ ਉੱਥੇ ਜਾ ਕੇ ਐਕਸਟੈਂਡ ਕਰਾ ਲਓ ਪਰ ਇੱਥੋਂ ਨਾ ਲੈ ਕੇ ਜਾਓ ਫਿਰ ਤੁਹਾਨੂੰ ਕਈ ਵਾਰੀ ਖਾਸ ਕਰਕੇ ਮੌਂਟਰੀਅਲ 에어ਪੋਰਟ ਵਾਲੇ ਫਿਰ ਕਈ ਵਾਰੀ ਜੇ ਥੋੜਾ ਜਿਹਾ ਧੱਕਾ ਕਰਦੇ ਨੇ ਸਾਡੇ ਨਾਲ ਉਹ ਸਾਡੂ ਫਿਰ ਐਵੇਂ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਆਪਾਂ ਇੰਪੋਰਟੈਂਟ ਚੀਜ਼ ਕੀ ਆ ਇੰਪੋਰਟੈਂਟ ਚੀਜ਼ ਇਹ ਆ ਵੀ ਜਦੋਂ ਵੀਜ਼ਾ ਲਾ ਕੇ ਜਾਂਦਾ ਉਸ ਤੋਂ ਬਾਅਦ ਫਿਰ ਮੈਂ ਕਹਿਣਾ ਉਹਨਾਂ ਵੀ ਗੱਲ ਖਾ ਦੋ ਮੇਰੀ ਉਹਦੀ ਗੱਲ ਸ਼ੁਰੂ ਹੁੰਦੀ ਆ ਕਿਉਂ ਵੀਜ਼ਾ ਕਾਦੇ ਵਾਸਤੇ ਲਿਆ ਕਿ ਕੈਨੇਡਾ ਜਾਣ ਵਾਸਤੇ ਹੁਣ ਕੈਨੇਡਾ ਪਹੁੰਚਣਾ ਕਿਵੇਂ ਆ ਕੀ ਕੀ ਹੋ ਜੀਆਂ ਸਿਸਟਮ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਚਾਹੇ ਤੁਸੀਂ ਸਟੂਡੈਂਟ ਚੱਲਿਓ ਚਾਹੇ ਤੁਸੀਂ ਵਿਜ਼ਟਰ ਚੱਲਿਓ ਉਪਨ ਤੇ ਚੱਲਿਓ ਤਾਂ ਹਰ ਚੀਜ਼ ਤੁਹਾਨੂੰ ਪ੍ਰੈਕਟੀਕਲੀ ਇਹ ਤੋਂ ਸਮਝ ਕੇ ਜਾਣੀ ਪਊਗੀ ਤੇ ਸਮਝਾ ਆ ਕੌਣ ਸਕਦਾ ਜਿਹਨੂੰ ਆਪ ਨੂੰ ਗਿਆਨ ਆ ਜੀ ਤੇ ਆਪ ਦੇ ਪੱਲੇ ਚਾਰ ਕਾਣੇ ਨੇ ਸੋ ਆਪ ਦੇ ਏਜੰਟ ਨਾਲ ਹਰ ਵਿਸ਼ੇ ਦੇ ਉੱਤੇ ਸਲਾਹ ਕਰੋ ਇਨਫੋਰਮੇਸ਼ਨ ਰੱਖੋ ਆਪ ਦੇ ਕੇਸ ਬਾਰੇ ਆਪ ਦੇ ਪ੍ਰੋਫਾਈਲ ਬਾਰੇ ਜਿਸ ਪਰਮਿਟ ਲਈ ਅਪਲਾਈ ਕੀਤਾ ਜਿਸ ਪਰਮਿਟ ਲਈ ਐਪਲੀਕੇਸ਼ਨ ਕੀਤੀ ਆ ਉਸ ਐਪਲੀਕੇਸ਼ਨ ਨੂੰ ਉਸ ਪਰਮਿਟ ਦੀਆਂ ਜੋ ਉਹਦੇ ਜਰੂਰੀ ਸਮਝਣ ਵਾਲੇ ਤੱਤ ਨੇ ਉਹ ਸਮਝੋ ਵੀ ਤੁਸੀਂ ਜੇ ਪੜਨ ਚੱਲੇ ਹੋ ਤੁਸੀਂ ਬਿਨਾ ਕਿਸੇ ਮਤਲਬ ਤੋਂ ਡ੍ਰੌਪ ਨਹੀਂ ਲੈ ਸਕਦੇ ਤੁਸੀਂ ਬਿਨਾ ਕਿਸੇ ਗੱਲੋਂ ਆ ਪਾਰਟ ਟਾਈਮ ਸਟੂਡੈਂਟ ਨਹੀਂ ਹੋ ਸਕਦੇ ਕੰਮ ਕਿੰਨੇ ਘੰਟੇ ਕਰ ਸਕਦੇ ਆ ਇਨ ਕੈਂਪਸ ਕੰਮ ਕਿੰਨੇ ਘੰਟੇ ਕਰ ਸਕਦੇ ਆ ਬਾਹਰ ਕਿੰਨਿਆ ਚਿਰ ਕੰਮ ਕਰ ਸਕਦੇ ਆ ਹਰ ਚੀਜ਼ ਦਾ ਅਲੱਗ-ਅਲੱਗ ਤਰੀਕਾ ਵਾ ਇਨ ਕੈਂਪਸ ਅਲੱਗ ਘੰਟੇ ਨੇ ਅਲੱਗ ਆਵਰਸ ਨੇ ਆਊਟ ਆਫ ਕੈਂਪਸ ਅਲੱਗ ਆਵਰਸ ਨੇ ਹਰ ਚੀਜ਼ ਨੂੰ ਤੁਹਾਨੂੰ ਸਮਝਣਾ ਪਊਗਾ ਸਮਝਾਉਣਾ ਤੁਹਾਨੂੰ ਤੁਹਾਡੇ ਐਜੂਕੇਸ਼ਨ ਕੰਸਲਟੈਂਟ ਨੇ ਆ ਜੇ ਤੁਸੀਂ ਵੀ ਦੋਸਤੋਂ ਚਾਹੁੰਦੇ ਹੋ ਇੰਨਾ ਸਟੂਡੈਂਟਸ ਵਾਂਗੂ ਇੰਨਾ ਕੈਂਡੀਡੇਟਸ ਵਾਂਗੂ ਇੰਨਾ ਓਪਨ ਵਰਕ ਮੈਂਟ ਕੈਂਡੀਡੇਟਸ ਵਾਂਗੂ ਕੈਨੇਡਾ ਦਾ ਕੇਸ ਅਪਲਾਈ ਕਰਨਾ ਸਲਾਹ ਲੈਣੀ ਚਾਹੁੰਦੇ ਹੋ ਤਾਂ ਕਿਸੇ ਵੀ ਨਜ਼ਦੀਕੀ ਆਫਿਸ 'ਚ ਜਾ ਕੇ ਮਿਲੋ ਧੰਨਵਾਦ